ਮੋਗਾ ਦੇ ਪਿੰਡ ਡਾਲਾ ਵਿੱਚ ਅਕਾਲੀ ਆਗੂ ਜਸਪਾਲ ਸਿੰਘ ਦੇ ਘਰੋਂ ਆਬਕਾਰੀ ਵਿਭਾਗ ਨੇ ਛਾਪਾ ਮਾਰ ਕੇ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਆਬਕਾਰੀ ਟੀਮ ਦੇ ਘਰ ਤੇ ਛਾਪਾ ਮਾਰਨ ਤੇ ਗੁੱਸੇ ਵਿੱਚ ਆਏ ਅਕਾਲੀ ਆਗੂ ਅਤੇ ਉਸ ਦੇ ਸਾਥੀਆਂ ਨੇ ਆਬਕਾਰੀ ਵਿਭਾਗ ਦੀ ਟੀਮ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਵਾਈ ਫਾਇਰਿੰਗ ਵੀ ਕੀਤੀ ਗਈ। ਆਬਕਾਰੀ ਵਿਭਾਗ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤਾਂ ਅਕਾਲੀ ਆਗੂ ਦੇ ਸਾਥੀਆਂ ਨੇ ਪੁਲਿਸ ਦੀ ਜੀਪ ਉੱਤੇ ਵੀ ਹਮਲਾ ਕਰ ਦਿੱਤਾ, ਜਿਸ ਦੌਰਾਨ ਜੀਪ ਦੇ ਸ਼ੀਸ਼ੇ ਟੁੱਟ ਗਏ। ਇਸੇ ਦੌਰਾਨ ਅਕਾਲੀ ਆਗੂ ਅਤੇ ਉਸ ਦੇ ਸਾਥੀ 70 ਪੇਟੀਆਂ ਵਿੱਚੋਂ 30 ਪੇਟੀਆਂ ਸ਼ਰਾਬ ਦੀਆਂ ਮੌਕੇ ਤੇ ਚੁੱਕ ਕੇ ਫਰਾਰ ਹੋ ਗਏ। ਬਾਕੀ ਦੀਆਂ 40 ਪੇਟੀਆਂ ਪੁਲਿਸ ਨੇ ਜ਼ਬਤ ਕਰਕੇ ਆਬਕਾਰੀ ਇੰਸਪੈਕਟਰ ਦੇ ਬਿਆਨਾਂ ਤੇ ਅਕਾਲੀ ਆਗੂ ਜਸਪਾਲ ਸਿੰਘ, ਉਸ ਦੇ ਭਰਾ ਗੁਰਲਾਲ ਸਿੰਘ ਸਮੇਤ 8 ਲੋਕਾਂ ਤੇ ਜਾਨਲੇਵਾ ਹਮਲਾ ਕਰਨ, ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ, ਆਰਮਸ ਐਕਟ ਅਤੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ 6 ਦੋਸ਼ੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ, ਜਦਕਿ ਦੋਵੇਂ ਭਰਾ ਅਜੇ ਪੁਲਿਸ ਦੀ ਹਿਰਾਸਤ ਤੋਂ ਬਾਹਰ ਨੇ। ਇਸ ਮਾਮਲੇ ਸੰਬੰਧੀ ਜਦ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਹਲਾ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਜਸਪਾਲ ਸਿੰਘ ਦਾ ਅਕਾਲੀ ਦਲ ਨਾਲ ਜੁੜੇ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੁਲਿਸ ਵੱਲੋਂ 8 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ, ਜਿਨ੍ਹਾਂ ਵਿੱਚੋਂ 6 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅਸੀਂ ਰੇਡ ਕੀਤੀ, 70 ਪੇਟੀਆਂ ਸਾਨੂੰ ਮਿਲ ਗਈਆਂ ਸੀਗੀਆਂ। 2 ਗੱਡੀਆਂ ਲੱਦ ਕੇ ਜੋ ਤੁਰਨ ਲੱਗੇ, ਇਹਨਾਂ ਨੇ ਸਾਡੇ ਗੋਲੀਆਂ ਚਲਾਈਆਂ, ਹਮਲਾ ਕਰਤਾ। ਸ਼ਰਾਬ ਵਿੱਚੋਂ 20-25 ਪੇਟੀਆਂ ਚੱਕ ਪਾਈ। ਫਾਇਰ ਕਰਨ ਵਾਲੇ 2 ਜਣੇ ਸੀਗੇ, ਬਾਕੀ ਪਜੂਮ ਬਹੁਤ ਪੱਤਾ ਗਿਆ। ਪਰਚਾ ਦਰਜ ਕਰਤਾ, ਬੰਦੇ ਫਰਾਰ ਹੈ। ਡਾਲਾ ਪਿੰਡ ਦੇ ਵਿੱਚ ਜਸਪਾਲ ਸਿੰਘ, ਜੋ ਸਾਬਕਾ ਸ਼ਰਾਬ ਦਾ ਠੇਕੇਦਾਰ ਆ, ਉਹਦੇ ਬਾਰੇ ਇਤਲਾਹ ਮਿਲੀ ਸੀ ਐਕਸਾਈਜ਼ ਡਿਪਾਰਟਮੈਂਟ ਨੂੰ ਕਿ ਉਹ ਨਜਾਇਜ਼ ਸ਼ਰਾਬ ਮੰਗਵਾ ਕੇ ਅਤੇ ਇਲਾਕੇ ਦੇ ਵਿੱਚ ਉਹਦੀ ਸੇਲ ਕਰ ਰਿਹਾ, ਜਿਹਦੇ 'ਤੇ ਉਹਨਾਂ ਨੇ ਰੇਡ ਕੀਤਾ ਸੀ। ਜਦੋਂ ਰੇਡ ਕੀਤਾ ਤਾਂ ਉਹਦੇ ਘਰ ਕਾਫੀ ਮਾਤਰਾ ਦੇ ਵਿੱਚ ਜਿਹੜੀ ਸ਼ਰਾਬ ਪਾਈ ਗਈ ਹੈ। ਜਦੋਂ ਐਕਸਾਈਜ਼ ਡਿਪਾਰਟਮੈਂਟ ਨੇ ਉਹਨੂੰ ਆਪਣੇ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਾਫੀ ਹੱਲਾ ਗੁੱਲਾ ਕੀਤਾ ਔਰ ਈਵਨ ਗੋਲੀਆਂ ਚਲਾਈਆਂ ਨੇ, ਇਹਨਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਮੁਕੱਦਮਾਬਾਜ਼ੀ ਨੇ ਦਰਜ ਕੀਤਾ। ਅਰੈਸਟ ਕਰਾਂਗੇ, ਜੇ ਉਹ ਗਲਤ ਆ ਤਾਂ ਉਹਨੂੰ ਉਹਦੀ ਸਜ਼ਾ ਮਿਲੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।